ਅਛਾ ਵੀਰੋ ਬਾਹਰ ਆਉਣ ਦੇ ਲਈ ਹਰੇਕ ਬੰਦਾ ਜਿਹੜਾ ਉਹ ਜੱਦੋਜਹਿਦ ਕਰਦਾ ਆ ਭਾਰਤ ਤੋਂ ਤੇ ਮੈਂ ਬਹੁਤ ਤਕੜਾ ਸਪੋਰਟਰ ਆ ਕਿ ਬਾਹਰ ਜਿਹੜਾ ਉਹ ਜ਼ਰੂਰ ਜਾਣਾ ਚਾਹੀਦਾ ਕਿਉਂਕਿ ਜੇਕਰ ਤੁਸੀਂ ਚੰਗੇ ਪੈਸੇ ਭਾਰਤ ਦੇ ਵਿੱਚ ਨਹੀਂ ਕਮਾਉਂਦੇ ਵੈ ਤੇ ਉੱਥੇ ਰਹਿਣ ਦਾ ਕੋਈ ਫਾਇਦਾ ਨਹੀਂ ਹੈਗਾ ਸੋ ਵੀਰੋ ਹੁਣ ਕਈ ਵਾਰੀ ਵੀਡੀਓ ਸਿੱਧਾ ਦੀਆਂ ਵੀ ਹੁੰਦੀਆਂ ਆ ਕਿ ਕਈ ਦਾ ਨਾ ਆਓ ਤੇ ਕਈ ਵਾਰੀ ਇੱਦਾਂ ਦੀਆਂ ਹੁੰਦੀਆਂ ਕਿ ਆਓ ਸੋ ਇਹਦੇ ਵਿੱਚ ਫਰਕ ਸਮਝਣ ਦੀ ਜ਼ਰੂਰਤ ਆ ਵੀਰੋ ਗੱਲ ਲੱਤਾਂ ਆ ਕਿ ਜੇ ਤਾਂ ਤੁਸੀਂ 40-45 ਲੱਖ ਜਾ ਕੇ ਅਮਰੀਕਾ ਜਾ ਰਹੇ ਆ ਸੋ ਉੱਥੇ ਤਾਂ ਹੋ ਜਾਂਦਾ ਆ ਵੀਰੋ ਇਹ ਪੂਰਾ 40-45 ਲੱਖ ਉੱਥੇ ਸਾਲਕ ਦੀ ਗੇਮ ਆ ਸਾਲਕ ਚ ਜਿਹੜਾ 40-45 ਲੱਖ ਉੱਥੇ ਕਹਿੰਦੇ ਆ ਜੋ ਸੁਣਿਆ ਆ ਉੱਥੇ ਪੈਸਾ ਪੂਰਾ ਹੋ ਜਾਂਦਾ ਆ ਇਦਾਂ ਹੀ ਜੇਕਰ ਤੁਸੀਂ ਆਸਟ੍ਰੇਲੀਆ ਜਾਣੇ ਆ ਵੀਜ਼ੇ ਦੇ ਉੱਤੇ 25-20 ਲੱਖ ਰੁਪਈਆ ਲਾ ਕੇ ਸਟੂਡੈਂਟ ਵੀਜ਼ੇ ਤੇ ਹੌਲੀ-ਹੌਲੀ ਚਲੋ ਜਦੋਂ ਜਾਇਤ ਕਰਕੇ 5-7 ਸਾਲ ਤੋਂ ਬਾਅਦ ਤੁਸੀਂ ਸਕਸੈਸਫੁਲ ਹੋ ਜਾਂਦੇ ਆ ਹੁਣ ਗੱਲ ਆ ਯੂਰਪ ਦੀ ਵੀਰੋ ਜੇ ਤਾਂ ਤੁਹਾਡੇ ਕੋਲ ਘਰ ਦੇ ਪੈਸੇ ਆ 10 ਤੋਂ 15 ਲੱਖ ਘਰ ਦਾ ਹੈਗਾ ਆ ਤੇ ਯੂਰਪ ਦਾ ਜਰੂਰ ਵੀਜ਼ਾ ਟਰਾਈ ਕਰੋ ਤੇ ਤੁਹਾਨੂੰ ਇੱਥੇ ਵੀ ਕੋਈ ਕਾਮਯਾਬੀ ਜਿਹੜੀ ਮਿਲਣ ਦੇ ਵਿੱਚ ਰੋਕ ਨਹੀਂ ਸਕਦਾ ਕੋਈ 5-7 ਸਾਲ ਬਾਅਦ ਤੁਸੀਂ ਆਪਣੇ ਪੈਰਾਂ ਤੇ ਆ ਜਾਓਗੇ 50 60 70 80 ਹਜ਼ਾਰ ਲੱਖ ਵੀ ਤੁਸੀਂ ਜਿਹੜਾ ਉਹ ਕੱਢਣਾ ਸ਼ੁਰੂ ਕਰ ਦੋਗੇ ਪ੍ਰੋਬਲਮ ਪੈਂਦੀ ਆ ਉਹਨਾਂ ਨੂੰ ਜਿਹੜੇ ਕਰਜ਼ੇ ਤੇ ਪੈਸਾ ਚੱਕ ਕੇ ਆਉਂਦੇ ਆ ਕਰਜ਼ੇ ਤੇ ਥੋੜੀ ਪ੍ਰੋਬਲਮ ਹੋ ਜਾਂਦੀ ਆ ਸੋ ਜਦੋਂ ਵੀ ਬਾਹਰ ਆਣਾ ਆ ਕੋਸ਼ਿਸ਼ ਕਰੋ ਕੀ ਪੈਸਾ ਘਟ ਤੋਂ ਘਟ ਲੱਗੇ ਖਾਸ ਕਰਕੇ ਯੂਰਪ ਚ ਚਾਹੇ ਯੂਕੇ ਆ ਤੇ ਕੋਸ਼ਿਸ਼ ਕਰੋ ਕਿ ਪੈਸਾ ਵਿਆਜੂ ਨਾ ਹੋਵੇ ਚਲੋ ਬਾਕੀ ਪਰਮਾਤਮਾ ਸਾਰੇ ਸਾਡੇ ਭੈਣ ਭਰਾਵਾਂ ਨੂੰ ਐਸੀ ਜਿਹੜੀ ਉਹ ਮਤਲਬ ਕਿ ਕੋਈ ਵੇ ਆਊਟ ਇਦਾਂ ਦੇ ਬਣਾਵੇ ਕੋਈ ਰਸਤਾ ਉਹਨਾਂ ਨੂੰ ਇਦਾਂ ਬਣਾਵੇ ਕਿ ਉਹਨਾਂ ਨੂੰ ਆਉਣ ਚ ਕੋਈ ਦਿੱਕਤ ਨਾ ਹੋਵੇ ਰੱਬ ਸਾਰਿਆਂ ਲਈ ਕੋਈ ਨਾ ਕੋਈ ਹੀਲਾ ਵਸੀਲਾ ਕਰਦਾ ਰਹਿੰਦਾ ਆ ਲੇਕਿਨ ਇਹ ਜਿਹੜਾ ਕਲੀਅਰ ਤੁਹਾਨੂੰ ਮੈਸੇਜ ਦੇ ਰਿਹਾ ਆ ਕਿ 40-45 ਲੱਖ ਤੁਸੀਂ ਅਮਰੀਕਾ ਚ ਜਾਂਦੇ ਆ ਤੇ ਪੂਰਾ ਹੋ ਜਾਂਦਾ ਆ ਮੇਰੇ ਦਸਿਓ ਭੈਣ ਭਰਾ ਜਿਹੜੇ ਅਮਰੀਕਾ ਵਾਲੇ ਆ ਸੋ ਯੂਕੇ ਯੂਰਪ ਤੇ ਵਿੱਚ ਥੋੜਾ ਜਿਹਾ ਔਖਾ ਹੋ ਜਾਂਦਾ ਜਦੋਂ ਤੁਸੀਂ ਵਿਆਜੂ ਪੈਸਾ ਚੱਕ ਕੇ ਆਨੇ ਆ ਕਿਉਂਕਿ ਪੇਪਰ ਵੀ ਬਣਾਣੇ ਹੁੰਦੇ ਆ ਤੇ ਫਿਰ ਲੈ ਦੇ ਕੇ ਜਿਹੜਾ ਬੰਦਾ ਆ ਉਹ ਥੋੜਾ ਤੰਗ ਹੁੰਦਾ ਆ ਲੇਕਿਨ ਕਾਮਯਾਬ ਹੋ ਜਾਂਦਾ ਆ ਸੋ ਇਹ ਗੱਲਾਂ ਆ ਹਾਰਡ ਵਰਕ ਇੱਥੇ ਕਰਨਾ ਪੈਂਦਾ ਆ ਉਹ ਤਾਂ ਚਲੋ ਜਿਹੜਾ ਇੰਡੀਆ ਚ ਮਜ਼ਦੂਰੀ ਦਿਹਾੜੀ ਕਰਦਾ ਪਿਆ ਆ ਉਹ ਇੱਥੇ ਕਰ ਹੀ ਲੈਂਦਾ ਆ ਇੰਡੀਆ ਨਾਲ ਦਾ ਸੌਖੀ ਆ ਤੇ ਇਹ ਚੀਜ਼ਾਂ ਹੁੰਦੀਆਂ ਵੀਰੋ ਕਨਸੈਪਟ ਨੂੰ ਸਮਝਿਆ ਕਰੋ ਗੱਲ ਨੂੰ ਸਮਝਿਆ ਕਰੋ ਲੋਕ ਬਹੁਤ ਸਮਝਾਉਂਦੇ ਰਹਿੰਦੇ ਆ ਬਹੁਤ ਚੰਗਿਆ ਚੰਗਿਆ ਵੀਡੀਓ ਪਾਉਂਦੇ ਆ ਲੋਕੀ ਤੇ ਇਹੀ ਜਿਹੜੀ ਸੱਚਾਈ ਆ ਤੇ ਸਟੂਡੈਂਟ ਲਾਈਫ ਥੋੜੀ ਹੋਰ ਹੋ ਜਾਂਦੀ ਆ ਵਰਕ ਪਰਮਿਟ ਤੇ ਲਾਈਫ ਹੋਰ ਹੋ ਜਾਂਦੀ ਆ ਜੇ ਅੱਜ ਜੋ ਪੈਸਾ ਚੱਕਿਆ ਹੁੰਦਾ ਆ ਹੋਰ ਲਾਈਫ ਹੋ ਜਾਂਦੀ ਆ ਕੋਲੋਂ ਪੈਸੇ ਲਾਏ ਹੁੰਦੇ ਆ ਹੋਰ ਲਾਈਫ ਹੋ ਜਾਂਦੀ ਆ ਸੋ ਇਦਾਂ ਸਿਸਟਮ ਜਿਹੜਾ ਆ ਉਹ ਡਿਫਰੈਂਟ ਤਰੀਕੇ ਦੇ ਨਾਲ ਜਿਹੜਾ ਉਹ ਸਿਚੁਏਸ਼ਨ ਦੇ ਹਿਸਾਬ ਨਾਲ ਬਦਲ ਜਾਂਦਾ ਆ ਤੇ ਬਾਕੀ ਖੁਸ਼ ਰਹੋ ਤੇ ਜਿੰਦਾਬਾਦ